ਭਾਜਪਾ ਆਗੂ ਹਰਜੀਤ ਗਰੇਵਾਲ ਸਾਡੇ ਮੌਜੂਦ ਹੈ, ਗੱਲਬਾਤ ਕਰ ਲੈਣ। ਗਰੇਵਾਲ ਸਾਹਿਬ, ਪਾਰਟੀ ਛੱਡ ਕੇ ਤਿੰਨ ਤਿੰਨ ਚਾਰ ਚਾਰ ਮੰਤਰੀ ਸਾਬਕਾ ਜਿਹੜੇ ਹੈਗੇ ਆ ਤੇ ਨਾਲ ਦੀ ਨਾਲ ਹੋਰ MLA ਵੀ ਜਿਹੜੇ ਸਾਬਕਾ, ਮੈਂ ਸਮਝਦਾ ਉਹਨਾਂ ਸਾਰਿਆਂ ਦਾ ਸਵਾਗਤ ਆ ਜਿਹੜੇ ਚਾਹੁੰਦੇ ਆ ਕਿ ਪੰਜਾਬ ਦਾ ਵਿਕਾਸ ਹੋਵੇ, ਪੰਜਾਬ 'ਚ ਅਮਨ ਸ਼ਾਂਤੀ ਰਹੇ। ਸਾਡੇ ਲੀਡਰ ਨਰਿੰਦਰ ਮੋਦੀ ਜੀ ਨੂੰ ਮੰਨ ਕੇ, ਸਾਡੀ ਵਿਚਾਰਧਾਰਾ ਏਕਾਤਮ ਮਾਨਵ ਦਰਸ਼ਨ ਨੂੰ ਮੰਨ ਕੇ ਆ ਰਹੇ ਆ, ਅਸੀਂ ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ। ਕੀ ਕਾਰਨ ਹੈ ਭਾਜਪਾ ਜਿਹੜੀ ਕਿਹੜੀ ਆਪਾਂ ਕੀ ਗਿੱਦੜ ਸਿੰਘ ਹੀ ਚੱਕੀ ਫਿਰਦੀ ਹੈ ਕਿ ਸਾਰੀ ਕਾਂਗਰਸ ਹੀ ਆਪਣੇ ਵੱਲ ਖਿੱਚੀ ਜਾਂਦੀ ਹੈ? ਐਸਾ ਕੁਛ ਨਹੀਂ, ਅਸੀਂ ਕੋਈ ਗਿੱਦੜ ਸਿੰਘ ਹੀ ਨਹੀਂ ਚੱਕੀ ਹੋਈ। ਅਸੀਂ ਤਾਂ ਦੇਸ਼ ਦੀ ਏਕਤਾ ਅਖੰਡਤਾ ਦੀ ਗੱਲ ਕਰਦੇ ਹਾਂ, ਪੰਜਾਬ ਦੀ ਭਾਈਚਾਰਕ ਸਾਂਝ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿਕਾਸ ਦੀ ਗੱਲ ਕਰਦੇ ਹਾਂ, ਦੇਸ਼ ਦੇ ਵਿਕਾਸ ਦੀ ਗੱਲ ਕਰਦੇ ਹਾਂ ਤੇ ਦੁਨੀਆ ਦੇ ਭਲੇ ਦੀ ਗੱਲ ਸੋਚਦੇ ਹਾਂ। ਗਰੇਵਾਲ ਸਾਹਿਬ, ਜੇਕਰ ਮਜ਼ਬੂਤੀ ਦੇਖੀ, ਸਿਰਫ ਦੋ ਵਿਧਾਇਕ ਹੈ ਉਹਨਾਂ ਦੇ, 18 ਵਿਧਾਇਕ ਹੈ, ਉਸਦੇ ਬਾਵਜੂਦ ਕਾਂਗਰਸ ਛੱਡੀ ਜਾ ਰਹੀ, ਕਾਰਨ ਕੀ ਮੰਨਦੇ ਹੋ? ਦੱਸ ਸਕਦੇ ਅਸੀਂ ਥੋੜ੍ਹਾ ਦੱਸ ਕਾਰਨ ਮੰਨਦੇ ਹੋ? ਕਾਰਨ ਇਹ ਹੈ ਕਿ ਸਾਡੀ ਪਾਰਟੀ, ਸਾਡੀ ਵਿਚਾਰਧਾਰਾ ਅੱਛੀ ਹੈ, ਸਾਡਾ ਲੀਡਰ ਦੁਨੀਆ ਦਾ ਬਿਹਤਰੀਨ ਲੀਡਰ ਆ, ਸਾਡੀ ਵਿਚਾਰਧਾਰਾ ਜਿਹੜੀ ਆ ਉਹ ਦੁਨੀਆ ਦੀ ਬਿਹਤਰੀਨ। ਭਾਜਪਾ ਆਗੂ ਹਰਜੀਤ ਗਰੇਵਾਲ ਸਾਡੇ ਮੌਜੂਦ ਹੈ, ਗੱਲਬਾਤ ਕਰ ਲੈਣ। ਗਰੇਵਾਲ ਸਾਹਿਬ, ਪਾਰਟੀ ਛੱਡ ਕੇ ਤਿੰਨ ਤਿੰਨ ਚਾਰ ਚਾਰ ਮੰਤਰੀ ਸਾਬਕਾ ਜਿਹੜੇ ਹੈਗੇ ਆ ਤੇ ਨਾਲ ਦੀ ਨਾਲ ਹੋਰ MLA ਵੀ ਜਿਹੜੇ ਸਾਬਕਾ, ਮੈਂ ਸਮਝਦਾ ਉਹਨਾਂ ਸਾਰਿਆਂ ਦਾ ਸਵਾਗਤ ਆ ਜਿਹੜੇ ਚਾਹੁੰਦੇ ਆ ਕਿ ਪੰਜਾਬ ਦਾ ਵਿਕਾਸ ਹੋਵੇ, ਪੰਜਾਬ 'ਚ ਅਮਨ ਸ਼ਾਂਤੀ ਰਹੇ। ਸਾਡੇ ਲੀਡਰ ਨਰਿੰਦਰ ਮੋਦੀ ਜੀ ਨੂੰ ਮੰਨ ਕੇ, ਸਾਡੀ ਵਿਚਾਰਧਾਰਾ ਏਕਾਤਮ ਮਾਨਵ ਦਰਸ਼ਨ ਨੂੰ ਮੰਨ ਕੇ ਆ ਰਹੇ ਆ, ਅਸੀਂ ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ। ਕੀ ਕਾਰਨ ਹੈ ਭਾਜਪਾ ਜਿਹੜੀ ਕਿਹੜੀ ਆਪਾਂ ਕੀ ਗਿੱਦੜ ਸਿੰਘ ਹੀ ਚੱਕੀ ਫਿਰਦੀ ਹੈ ਕਿ ਸਾਰੀ ਕਾਂਗਰਸ ਹੀ ਆਪਣੇ ਵੱਲ ਖਿੱਚੀ ਜਾਂਦੀ ਹੈ? ਐਸਾ ਕੁਛ ਨਹੀਂ, ਅਸੀਂ ਕੋਈ ਗਿੱਦੜ ਸਿੰਘ ਹੀ ਨਹੀਂ ਚੱਕੀ ਹੋਈ। ਅਸੀਂ ਤਾਂ ਦੇਸ਼ ਦੀ ਏਕਤਾ ਅਖੰਡਤਾ ਦੀ ਗੱਲ ਕਰਦੇ ਹਾਂ, ਪੰਜਾਬ ਦੀ ਭਾਈਚਾਰਕ ਸਾਂਝ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿਕਾਸ ਦੀ ਗੱਲ ਕਰਦੇ ਹਾਂ, ਦੇਸ਼ ਦੇ ਵਿਕਾਸ ਦੀ ਗੱਲ ਕਰਦੇ ਹਾਂ ਤੇ ਦੁਨੀਆ ਦੇ ਭਲੇ ਦੀ ਗੱਲ ਸੋਚਦੇ ਹਾਂ। ਗਰੇਵਾਲ ਸਾਹਿਬ, ਜੇਕਰ ਮਜ਼ਬੂਤੀ ਦੇਖੀ, ਸਿਰਫ ਦੋ ਵਿਧਾਇਕ ਹੈ ਉਹਨਾਂ ਦੇ, 18 ਵਿਧਾਇਕ ਹੈ, ਉਸਦੇ ਬਾਵਜੂਦ ਕਾਂਗਰਸ ਛੱਡੀ ਜਾ ਰਹੀ, ਕਾਰਨ ਕੀ ਮੰਨਦੇ ਹੋ? ਦੱਸ ਸਕਦੇ ਅਸੀਂ ਥੋੜ੍ਹਾ ਦੱਸ ਕਾਰਨ ਮੰਨਦੇ ਹੋ? ਕਾਰਨ ਇਹ ਹੈ ਕਿ ਸਾਡੀ ਪਾਰਟੀ, ਸਾਡੀ ਵਿਚਾਰਧਾਰਾ ਅੱਛੀ ਹੈ, ਸਾਡਾ ਲੀਡਰ ਦੁਨੀਆ ਦਾ ਬਿਹਤਰੀਨ ਲੀਡਰ ਆ, ਸਾਡੀ ਵਿਚਾਰਧਾਰਾ ਜਿਹੜੀ ਆ ਉਹ ਦੁਨੀਆ ਦੀ ਬਿਹਤਰੀਨ। ਭਾਜਪਾ ਆਗੂ ਹਰਜੀਤ ਗਰੇਵਾਲ ਸਾਡੇ ਮੌਜੂਦ ਹੈ, ਗੱਲਬਾਤ ਕਰ ਲੈਣ। ਗਰੇਵਾਲ ਸਾਹਿਬ, ਪਾਰਟੀ ਛੱਡ ਕੇ ਤਿੰਨ ਤਿੰਨ ਚਾਰ ਚਾਰ ਮੰਤਰੀ ਸਾਬਕਾ ਜਿਹੜੇ ਹੈਗੇ ਆ ਤੇ ਨਾਲ ਦੀ ਨਾਲ ਹੋਰ MLA ਵੀ ਜਿਹੜੇ ਸਾਬਕਾ, ਮੈਂ ਸਮਝਦਾ ਉਹਨਾਂ ਸਾਰਿਆਂ ਦਾ ਸਵਾਗਤ ਆ ਜਿਹੜੇ ਚਾਹੁੰਦੇ ਆ ਕਿ ਪੰਜਾਬ ਦਾ ਵਿਕਾਸ ਹੋਵੇ, ਪੰਜਾਬ 'ਚ ਅਮਨ ਸ਼ਾਂਤੀ ਰਹੇ। ਸਾਡੇ ਲੀਡਰ ਨਰਿੰਦਰ ਮੋਦੀ ਜੀ ਨੂੰ ਮੰਨ ਕੇ, ਸਾਡੀ ਵਿਚਾਰਧਾਰਾ ਏਕਾਤਮ ਮਾਨਵ ਦਰਸ਼ਨ ਨੂੰ ਮੰਨ ਕੇ ਆ ਰਹੇ ਆ, ਅਸੀਂ ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ। ਕੀ ਕਾਰਨ ਹੈ ਭਾਜਪਾ ਜਿਹੜੀ ਕਿਹੜੀ ਆਪਾਂ ਕੀ ਗਿੱਦੜ ਸਿੰਘ ਹੀ ਚੱਕੀ ਫਿਰਦੀ ਹੈ ਕਿ ਸਾਰੀ ਕਾਂਗਰਸ ਹੀ ਆਪਣੇ ਵੱਲ ਖਿੱਚੀ ਜਾਂਦੀ ਹੈ? ਐਸਾ ਕੁਛ ਨਹੀਂ, ਅਸੀਂ ਕੋਈ ਗਿੱਦੜ ਸਿੰਘ ਹੀ ਨਹੀਂ ਚੱਕੀ ਹੋਈ। ਅਸੀਂ ਤਾਂ ਦੇਸ਼ ਦੀ ਏਕਤਾ ਅਖੰਡਤਾ ਦੀ ਗੱਲ ਕਰਦੇ ਹਾਂ, ਪੰਜਾਬ ਦੀ ਭਾਈਚਾਰਕ ਸਾਂਝ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿਕਾਸ ਦੀ ਗੱਲ ਕਰਦੇ ਹਾਂ, ਦੇਸ਼ ਦੇ ਵਿਕਾਸ ਦੀ ਗੱਲ ਕਰਦੇ ਹਾਂ ਤੇ ਦੁਨੀਆ ਦੇ ਭਲੇ ਦੀ ਗੱਲ ਸੋਚਦੇ ਹਾਂ। ਗਰੇਵਾਲ ਸਾਹਿਬ, ਜੇਕਰ ਮਜ਼ਬੂਤੀ ਦੇਖੀ, ਸਿਰਫ ਦੋ ਵਿਧਾਇਕ ਹੈ ਉਹਨਾਂ ਦੇ, 18 ਵਿਧਾਇਕ ਹੈ, ਉਸਦੇ ਬਾਵਜੂਦ ਕਾਂਗਰਸ ਛੱਡੀ ਜਾ ਰਹੀ, ਕਾਰਨ ਕੀ ਮੰਨਦੇ ਹੋ? ਦੱਸ ਸਕਦੇ ਅਸੀਂ ਥੋੜ੍ਹਾ ਦੱਸ ਕਾਰਨ ਮੰਨਦੇ ਹੋ? ਕਾਰਨ ਇਹ ਹੈ ਕਿ ਸਾਡੀ ਪਾਰਟੀ, ਸਾਡੀ ਵਿਚਾਰਧਾਰਾ ਅੱਛੀ ਹੈ, ਸਾਡਾ ਲੀਡਰ ਦੁਨੀਆ ਦਾ ਬਿਹਤਰੀਨ ਲੀਡਰ ਆ, ਸਾਡੀ ਵਿਚਾਰਧਾਰਾ ਜਿਹੜੀ ਆ ਉਹ ਦੁਨੀਆ ਦੀ ਬਿਹਤਰੀਨ। ਭਾਜਪਾ ਆਗੂ ਹਰਜੀਤ ਗਰੇਵਾਲ ਸਾਡੇ ਮੌਜੂਦ ਹੈ, ਗੱਲਬਾਤ ਕਰ ਲੈਣ। ਗਰੇਵਾਲ ਸਾਹਿਬ, ਪਾਰਟੀ ਛੱਡ ਕੇ ਤਿੰਨ ਤਿੰਨ ਚਾਰ ਚਾਰ ਮੰਤਰੀ ਸਾਬਕਾ ਜਿਹੜੇ ਹੈਗੇ ਆ ਤੇ ਨਾਲ ਦੀ ਨਾਲ ਹੋਰ MLA ਵੀ ਜਿਹੜੇ ਸਾਬਕਾ, ਮੈਂ ਸਮਝਦਾ ਉਹਨਾਂ ਸਾਰਿਆਂ ਦਾ ਸਵਾਗਤ ਆ ਜਿਹੜੇ ਚਾਹੁੰਦੇ ਆ ਕਿ ਪੰਜਾਬ ਦਾ ਵਿਕਾਸ ਹੋਵੇ, ਪੰਜਾਬ 'ਚ ਅਮਨ ਸ਼ਾਂਤੀ ਰਹੇ। ਸਾਡੇ ਲੀਡਰ ਨਰਿੰਦਰ ਮੋਦੀ ਜੀ ਨੂੰ ਮੰਨ ਕੇ, ਸਾਡੀ ਵਿਚਾਰਧਾਰਾ ਏਕਾਤਮ ਮਾਨਵ ਦਰਸ਼ਨ ਨੂੰ ਮੰਨ ਕੇ ਆ ਰਹੇ ਆ, ਅਸੀਂ ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ। ਕੀ ਕਾਰਨ ਹੈ ਭਾਜਪਾ ਜਿਹੜੀ ਕਿਹੜੀ ਆਪਾਂ ਕੀ ਗਿੱਦੜ ਸਿੰਘ ਹੀ ਚੱਕੀ ਫਿਰਦੀ ਹੈ ਕਿ ਸਾਰੀ ਕਾਂਗਰਸ ਹੀ ਆਪਣੇ ਵੱਲ ਖਿੱਚੀ ਜਾਂਦੀ ਹੈ? ਐਸਾ ਕੁਛ ਨਹੀਂ, ਅਸੀਂ ਕੋਈ ਗਿੱਦੜ ਸਿੰਘ ਹੀ ਨਹੀਂ ਚੱਕੀ ਹੋਈ। ਅਸੀਂ ਤਾਂ ਦੇਸ਼ ਦੀ ਏਕਤਾ ਅਖੰਡਤਾ ਦੀ ਗੱਲ ਕਰਦੇ ਹਾਂ, ਪੰਜਾਬ ਦੀ ਭਾਈਚਾਰਕ ਸਾਂਝ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿਕਾਸ ਦੀ ਗੱਲ ਕਰਦੇ ਹਾਂ, ਦੇਸ਼ ਦੇ ਵਿਕਾਸ ਦੀ ਗੱਲ ਕਰਦੇ ਹਾਂ ਤੇ ਦੁਨੀਆ ਦੇ ਭਲੇ ਦੀ ਗੱਲ ਸੋਚਦੇ ਹਾਂ। ਗਰੇਵਾਲ ਸਾਹਿਬ, ਜੇਕਰ ਮਜ਼ਬੂਤੀ ਦੇਖੀ, ਸਿਰਫ ਦੋ ਵਿਧਾਇਕ ਹੈ ਉਹਨਾਂ ਦੇ, 18 ਵਿਧਾਇਕ ਹੈ, ਉਸਦੇ ਬਾਵਜੂਦ ਕਾਂਗਰਸ ਛੱਡੀ ਜਾ ਰਹੀ, ਕਾਰਨ ਕੀ ਮੰਨਦੇ ਹੋ? ਦੱਸ ਸਕਦੇ ਅਸੀਂ ਥੋੜ੍ਹਾ ਦੱਸ ਕਾਰਨ ਮੰਨਦੇ ਹੋ? ਕਾਰਨ ਇਹ ਹੈ ਕਿ ਸਾਡੀ ਪਾਰਟੀ, ਸਾਡੀ ਵਿਚਾਰਧਾਰਾ ਅੱਛੀ ਹੈ, ਸਾਡਾ ਲੀਡਰ ਦੁਨੀਆ ਦਾ ਬਿਹਤਰੀਨ ਲੀਡਰ ਆ, ਸਾਡੀ ਵਿਚਾਰਧਾਰਾ ਜਿਹੜੀ ਆ ਉਹ ਦੁਨੀਆ ਦੀ ਬਿਹਤਰੀਨ।